ਹੈਲੋ ਦੋਸਤੋ, ਹੈਲਥ ਸਮਾਧਾਨ ਵਿੱਚ ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਤਾਂ ਦੋਸਤੋ, ਅੱਜ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਔਲੇ ਦੇ ਫਾਇਦਿਆਂ ਦੇ ਉੱਤੇ ਕਿ ਔਲੇ ਦੇ ਫਾਇਦੇ ਆਪਣੇ ਸਰੀਰ ਨੂੰ ਕਿਹੜੇ ਕਿਹੜੇ ਹਨ। ਪਰ ਇਸ ਵੀਡੀਓ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਤਾਂ ਦੋਸਤੋ, ਔਲੇ ਵਿੱਚ ਸਭ ਤੋਂ ਜ਼ਿਆਦਾ ਮਾਤਰਾ ਵਿੱਚ ਵਿਟਾਮਿਨ ਸੀ ਹੁੰਦਾ ਹੈ। ਇਸ ਨੂੰ ਖਾਣ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ, ਵਾਲ ਵੀ ਝੜਨੇ ਬੰਦ ਹੋ ਜਾਂਦੇ ਹਨ। ਆਯੁਰਵੇਦ ਦੀ ਦੁਨੀਆ ਦੇ ਵਿੱਚ ਔਲੇ ਦਾ ਇੱਕ ਮਹੱਤਵਪੂਰਨ ਸਥਾਨ ਹੈ ਜਿਸ ਨੂੰ ਬਹੁਤ ਸਾਰੇ ਰੋਗਾਂ ਨੂੰ ਦੂਰ ਕਰਨ ਲਈ ਵਰਤਿਆ ਜਾਂਦਾ ਹੈ। ਔਲੇ ਵਿੱਚ ਮੌਜੂਦ ਤੱਤ ਢਿੱਡ ਵਿੱਚ ਹੋਣ ਵਾਲੀ ਗੈਸ, ਐਸਿਡਿਟੀ ਦੀ ਪਰੇਸ਼ਾਨੀ ਨੂੰ ਦੂਰ ਕਰਦੇ ਹਨ। ਇਸ ਦੇ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ, ਦਿਲ ਅਤੇ ਫੇਫੜੇ ਵੀ ਮਜ਼ਬੂਤ ਹੁੰਦੇ ਹਨ, ਸਕਿਨ ਦੀ ਪਰੇਸ਼ਾਨੀ ਦੂਰ ਹੁੰਦੀ ਹੈ, ਸਰੀਰ ਵਿੱਚੋਂ ਵਿਸ਼ੈਲੇ ਪਦਾਰਥ ਨਿਕਲ ਜਾਂਦੇ ਹਨ ਅਤੇ ਵਾਲਾਂ ਨੂੰ ਵਧਾਉਣ ਵਿੱਚ ਇਹ ਬਹੁਤ ਹੀ ਜ਼ਿਆਦਾ ਲਾਭਕਾਰੀ ਹੁੰਦਾ ਹੈ। ਇਸ ਦੇ ਇਲਾਵਾ ਇਸ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਹਨ। ਤਾਂ ਦੋਸਤੋ, ਚਲੋ ਜਾਣਦੇ ਹਾਂ ਇਹਨਾਂ ਫਾਇਦਿਆਂ ਦੇ ਬਾਰੇ ਵਿੱਚ। ਤਾਂ ਦੋਸਤੋ, ਔਲਾ ਵਾਲਾਂ ਲਈ ਬਹੁਤ ਹੀ ਅੱਛਾ ਹੁੰਦਾ ਹੈ। ਇਹ ਉਹਨਾਂ ਨੂੰ ਮਜ਼ਬੂਤ, ਸੰਘਣਾ, ਕਾਲਾ ਅਤੇ ਚਮਕਦਾਰ ਬਣਾਉਂਦਾ ਹੈ। ਇਹੀ ਵਜ੍ਹਾ ਹੈ ਕਿ ਔਲਾ ਸਾਰੇ ਸ਼ੈਂਪੂ ਅਤੇ ਹੇਅਰ ਪ੍ਰੋਡਕਟਸ ਵਿੱਚ ਵਰਤਿਆ ਜਾਂਦਾ ਹੈ। ਤਾਂ ਦੋਸਤੋ, ਔਲਾ ਖਾਣ ਜਾਂ ਇਸ ਨੂੰ ਪੀਸ ਕੇ ਵਾਲਾਂ ਵਿੱਚ ਲਗਾਉਣ ਨਾਲ ਵਾਲਾਂ ਨੂੰ ਫਾਇਦਾ ਮਿਲਦਾ ਹੈ। ਤਾਂ ਦੋਸਤੋ, ਔਲੇ ਦੀ ਵਰਤੋਂ ਵਾਲਾਂ ਉੱਤੇ ਸਦੀਆਂ ਤੋਂ ਹੁੰਦੀ ਆ ਰਹੀ ਹੈ। ਭਾਰਤ ਵਿੱਚ ਪਹਿਲਾਂ ਵਾਲ ਸ਼ਿਕਾ ਕਾਈ ਨਾਲ ਹੀ ਧੋਤੇ ਜਾਂਦੇ ਸਨ। ਤਾਂ ਦੋਸਤੋ, ਔਲਾ ਵਾਲਾਂ ਦਾ ਹੇਅਰ ਫਾਲ 90% ਤੱਕ ਘਟਾ ਦਿੰਦਾ ਹੈ। ਤਾਂ ਦੋਸਤੋ, ਔਲਾ ਅੱਖਾਂ ਦੀ ਰੋਸ਼ਨੀ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇੱਕ ਜਾਂਚ ਦੇ ਅਨੁਸਾਰ ਇਹ ਪਾਇਆ ਗਿਆ ਹੈ ਕਿ ਜੋ ਲੋਕ ਔਲਾ ਖਾਂਦੇ ਹਨ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਵੱਧ ਜਾਂਦੀ ਹੈ। ਤਾਂ ਦੋਸਤੋ, ਜਿਨ੍ਹਾਂ ਲੋਕਾਂ ਨੂੰ ਰਾਤ ਦਾ ਅੰਧਾਪਨ, ਧੁੰਦਲਾ ਦਿਖਣਾ, ਇਹ ਸਭ ਪਰੇਸ਼ਾਨੀਆਂ ਔਲੇ ਖਾਣ ਨਾਲ ਦੂਰ ਹੋ ਜਾਂਦੀਆਂ ਹਨ। ਇਸ ਦੇ ਲਈ ਤੁਹਾਨੂੰ ਔਲੇ ਦੇ ਜੂਸ ਵਿੱਚ ਥੋੜਾ ਜਿਹਾ ਸ਼ਹਿਦ ਮਿਲਾ ਕੇ ਰੋਜ਼ ਪੀਣਾ ਚਾਹੀਦਾ ਹੈ। ਤਾਂ ਦੋਸਤੋ, ਔਲੇ ਦੇ ਵਿੱਚ ਫਾਈਬਰ ਦੇ ਬਾਰੇ ਵਿੱਚ ਬਹੁਤ ਘੱਟ ਲੋਕ ਜਾਣਦੇ ਹੋਣਗੇ। ਤਾਂ ਦੋਸਤੋ, ਔਲਾ ਸਾਡੇ ਸਰੀਰ ਨੂੰ ਚੰਗੀ ਮਾਤਰਾ ਦੇ ਵਿੱਚ ਕੈਲਸ਼ੀਅਮ ਦਿੰਦਾ ਹੈ। ਤਾਂ ਦੋਸਤੋ, ਕੈਲਸ਼ੀਅਮ ਦੀ ਲੋੜ ਸਾਡੇ ਸਰੀਰ ਵਿੱਚ ਹੱਡੀਆਂ, ਦੰਦਾਂ, ਵਾਲਾਂ ਅਤੇ ਨਾਖੂਨਾਂ ਨੂੰ ਹੁੰਦੀ ਹੈ। ਤਾਂ ਦੋਸਤੋ, ਇਸ ਦੇ ਲਈ ਆਪਾਂ ਨੂੰ ਵੱਧ ਤੋਂ ਵੱਧ ਵਿਟਾਮਿਨ ਸੀ ਦੇ ਨਾਲ ਭਰਪੂਰ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਅਤੇ ਆਂਵਲੇ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਵਿਟਾਮਿਨ ਸੀ ਹੁੰਦਾ ਹੈ। ਤਾਂ ਦੋਸਤੋ, ਔਲਾ ਖਾਣ ਨਾਲ ਤੁਹਾਡੇ ਸਰੀਰ ਦੀ ਸੁੰਦਰਤਾ ਦੇ ਵਿੱਚ 4 ਚੰਦ ਲੱਗ ਜਾਂਦੇ ਹਨ। ਤਾਂ ਦੋਸਤੋ, ਪ੍ਰੋਟੀਨ ਯੁਕਤ ਖਾਣਾ ਲੈਣ ਨਾਲ ਸਾਡਾ ਸਰੀਰ ਹਮੇਸ਼ਾ ਫਿੱਟ, ਹੈਲਦੀ ਰਹਿੰਦਾ ਹੈ। ਸਰੀਰ ਵਿੱਚ ਮਸਲ ਨੂੰ, ਸੈਲਸ ਨੂੰ ਵਧਾਉਣ ਲਈ ਬਹੁਤ ਜ਼ਿਆਦਾ ਪ੍ਰੋਟੀਨ ਚਾਹੀਦਾ ਹੁੰਦਾ ਹੈ। ਤਾਂ ਦੋਸਤੋ, ਔਲੇ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਟੀਨ ਹੁੰਦਾ ਹੈ ਅਤੇ ਜਿਸ ਕਰਕੇ ਆਪਾਂ ਔਲਾ ਖਾਣ ਨਾਲ ਹਮੇਸ਼ਾ ਫਿੱਟ ਰਹਿ ਸਕਦੇ ਹਾਂ। ਤਾਂ ਦੋਸਤੋ, ਹਰ ਮਹੀਨੇ ਔਰਤਾਂ ਨੂੰ ਹੋਣ ਵਾਲੀਆਂ ਪਰੇਸ਼ਾਨੀਆਂ ਜਿਵੇਂ ਕਿ ਪੀਰੀਅਡਸ ਦੇ ਵਿੱਚ, ਔਰਤਾਂ ਨੂੰ ਇਹ ਦਰਦ ਤੋਂ ਰਾਹਤ ਦਿੰਦਾ ਹੈ। ਤਾਂ ਦੋਸਤੋ, ਔਲੇ ਵਿੱਚ ਮੌਜੂਦ ਮਿਨਰਲਸ ਅਤੇ ਵਿਟਾਮਿਨਸ, ਇਹ ਦੋਨੋਂ ਮਿਲ ਕੇ ਇਹ ਪਰੇਸ਼ਾਨੀ ਨੂੰ ਦੂਰ ਕਰਦੇ ਹਨ ਅਤੇ ਔਰਤਾਂ ਨੂੰ ਹੋਣ ਵਾਲੀ ਬੇਚੈਨੀ ਤੋਂ ਇਹ ਰਾਹਤ ਦਿੰਦੇ ਹਨ। ਇਸ ਲਈ ਇਹ ਲੇਡੀਜ਼ ਨੂੰ ਰੋਜ਼ ਆਂਵਲਾ ਖਾਣਾ ਚਾਹੀਦਾ ਜਾਂ ਇਸਦਾ ਜੂਸ ਪੀਣਾ ਚਾਹੀਦਾ ਹੈ। ਤਾਂ ਦੋਸਤੋ, ਡਾਕਟਰ ਵੀ ਡਾਇਬਟੀਜ਼ ਦੇ ਮਰੀਜ਼ਾਂ ਨੂੰ ਔਲਾ ਖਾਣ ਦੀ ਸਲਾਹ ਦਿੰਦੇ ਹਨ। ਤਾਂ ਦੋਸਤੋ, ਔਲਾ ਤੁਸੀਂ ਮਰੱਬਾ ਬਣਾ ਕੇ, ਸੁਕਾ ਕੇ, ਉਸਦਾ ਜੂਸ ਕੱਢ ਕੇ, ਅਚਾਰ ਬਣਾ ਕੇ ਜਾਂ ਕੱਚਾ ਕਿਸੇ ਰੂਪ ਵਿੱਚ ਵੀ ਲੈ ਸਕਦੇ ਹੋ। ਇਹ ਦੋਸਤੋ ਇੱਕ ਇਹੋ ਜਿਹਾ ਫਲ ਹੈ ਜੋ ਆਪਣੇ ਹਰ ਰੂਪ ਦੇ ਵਿੱਚ ਲਾਭਦਾਇਕ ਹੁੰਦਾ ਹੈ। ਤਾਂ ਦੋਸਤੋ, ਔਲਾ ਖਾਣ ਨਾਲ ਬਲੱਡ ਸ਼ੂਗਰ ਘਟਦਾ ਹੈ, ਜਿਸ ਦਾ ਮਤਲਬ ਸਰੀਰ ਵਿੱਚ ਗਲੂਕੋਜ਼ ਸੈਲਸ ਦੁਬਾਰਾ ਐਨਰਜੀ ਲਈ ਉਪਯੁਕਤ ਹੁੰਦੇ ਹਨ, ਜਿਸ ਦੇ ਨਾਲ ਮੈਟਾਬੋਲਿਜ਼ਮ ਵੱਧਦਾ ਹੈ ਅਤੇ ਤੁਹਾਡਾ ਸਰੀਰ ਤਾਕਤ ਮਹਿਸੂਸ ਕਰਦਾ ਹੈ। ਤਾਂ ਦੋਸਤੋ, ਔਲਾ ਇੱਕ ਇਹੋ ਜਿਹਾ ਫਲ ਹੈ ਜਿਸ ਦੇ ਵਿੱਚ ਪਾਣੀ ਦੀ ਮਾਤਰਾ ਵੀ ਹੁੰਦੀ ਹੈ। ਇਸ ਦਾ ਮਤਲਬ ਇਸ ਨੂੰ ਖਾਣ ਨਾਲ ਯੂਰਿਨ ਵਿੱਚ ਹੋਣ ਵਾਲੀਆਂ ਪਰੇਸ਼ਾਨੀਆਂ ਵੀ ਦੂਰ ਹੁੰਦੀਆਂ ਹਨ ਅਤੇ ਯੂਰਿਨ ਦੇ ਦੁਆਰਾ ਸਾਰੇ ਸਰੀਰ ਦੇ ਵਿਸ਼ੈਲੇ ਤੱਤ ਨਿਕਲ ਜਾਂਦੇ ਹਨ। ਤਾਂ ਦੋਸਤੋ, ਇਸ ਦੇ ਨਾਲ ਭਾਰ ਵੀ ਆਪਣਾ ਘੱਟ ਹੁੰਦਾ ਹੈ ਕਿਉਂਕਿ ਸਰੀਰ ਵਿੱਚ 4% ਫੈਟ ਯੂਰਿਨ ਦਾ ਹੁੰਦਾ ਹੈ ਅਤੇ ਔਲਾ ਖਾਣ ਨਾਲ ਇਹ ਸਾਰੀਆਂ ਪਰੇਸ਼ਾਨੀਆਂ ਆਪਾਂ ਨੂੰ ਨਹੀਂ ਹੁੰਦੀਆਂ ਅਤੇ ਯੂਰਿਨ ਇਨਫੈਕਸ਼ਨ ਅਤੇ ਕਿਡਨੀ ਦੀ ਪ੍ਰੋਬਲਮ ਵੀ ਨਹੀਂ ਹੁੰਦੀ। ਤਾਂ ਦੋਸਤੋ, ਬਾਕੀ ਫਲਾਂ ਦੀ ਤਰ੍ਹਾਂ ਔਲੇ ਦੇ ਵਿੱਚ ਵੀ ਫਾਈਬਰ ਹੁੰਦਾ ਹੈ। ਔਲਾ ਖਾਣ ਨਾਲ ਗੈਸ, ਕਬਜ਼, ਡਾਇਰੀਆ, ਦਸਤ ਦੀ ਪਰੇਸ਼ਾਨੀ ਦੂਰ ਹੁੰਦੀ ਹੈ। ਤਾਂ ਦੋਸਤੋ, ਖਾਣਾ ਖਾਣ ਦੇ ਬਾਅਦ ਇਸ ਲਈ ਸੁੱਕਾ ਔਲਾ ਖਾਧਾ ਜਾਂਦਾ ਹੈ ਜਿਸ ਦੇ ਨਾਲ ਆਪਣਾ ਪਾਚਨ ਤੰਤਰ ਠੀਕ ਰਹਿੰਦਾ ਹੈ। ਦਿਲ ਦੀ ਮਸਲ ਦੀ ਰੱਖਿਆ ਔਲਾ ਕਰਦਾ ਹੈ ਜਿਸ ਦੇ ਨਾਲ ਖੂਨ ਦਾ ਸੰਚਾਰਨ ਪੂਰੇ ਸਰੀਰ ਵਿੱਚ ਠੀਕ ਢੰਗ ਨਾਲ ਹੁੰਦਾ ਹੈ। ਔਲੇ ਦਾ ਸੇਵਨ ਕਰਨ ਨਾਲ ਕੋਲੇਸਟ੍ਰੋਲ ਵੀ ਘਟਦਾ ਹੈ। ਤਾਂ ਦੋਸਤੋ, ਔਲਾ ਖਾਣ ਨਾਲ
ਨਾਲ ਆਪਾਂ ਨੂੰ ਹਾਰਟ ਅਟੈਕ ਦਾ ਖਤਰਾ ਵੀ ਘੱਟ ਹੁੰਦਾ ਹੈ। ਤਾਂ ਦੋਸਤੋ ਐਂਟੀ ਬੈਕਟੀਰੀਆ ਪ੍ਰੋਪਰਟੀਜ਼ ਹੋਣ ਦੀ ਵਜ੍ਹਾ ਦੇ ਨਾਲ ਔਲਾ ਬਹੁਤ ਸਾਰੇ ਇਨਫੈਕਸ਼ਨ ਨੂੰ ਦੂਰ ਕਰਦਾ ਹੈ। ਔਲਾ ਖਾਣ ਦੇ ਨਾਲ ਆਪਾਂ ਨੂੰ ਸਰਦੀ, ਜ਼ੁਕਾਮ ਅਤੇ ਖਾਂਸੀ ਇਹ ਸਾਰੀ ਇਨਫੈਕਸ਼ਨ ਦਾ ਵੀ ਖਤਰਾ ਘੱਟ ਹੁੰਦਾ ਹੈ। ਤਾਂ ਦੋਸਤੋ ਔਲੇ ਦੇ ਸੇਵਨ ਨਾਲ ਬੁਢਾਪਾ ਦੂਰ ਹੁੰਦਾ ਹੈ। ਤਾਂ ਦੋਸਤੋ ਇਹ ਮੈਂ ਸੱਚ ਬੋਲ ਰਿਹਾ ਹਾਂ, ਅਜਮਾ ਕੇ ਦੇਖ ਲਵੋ। ਜੋ ਲੋਕ ਰੋਜ਼ ਇਸ ਨੂੰ ਖਾਂਦੇ ਹਨ ਉਹਨਾਂ ਦੇ ਚਿਹਰੇ ਤੇ ਝੁਰੀਆਂ ਘੱਟ ਹੁੰਦੀਆਂ ਹਨ ਅਤੇ ਉਹਨਾਂ ਦਾ ਚਿਹਰਾ ਜਵਾਨ ਦਿਸਦਾ ਹੈ। ਤਾਂ ਦੋਸਤੋ ਜਿਨ੍ਹਾਂ ਲੋਕਾਂ ਨੂੰ ਨੀਂਦ ਘੱਟ ਆਉਂਦੀ ਹੈ ਉਹ ਲੋਕ ਔਲੇ ਦਾ ਸੇਵਨ ਕਰਨ, ਇਸ ਨਾਲ ਆਪਾਂ ਨੂੰ ਇਹ ਪਰੇਸ਼ਾਨੀ ਵੀ ਦੂਰ ਹੁੰਦੀ ਹੈ। ਤਾਂ ਦੋਸਤੋ ਇਹ ਕਿਹਾ ਜਾਂਦਾ ਹੈ ਕਿ ਬਜ਼ੁਰਗਾਂ ਦੀ ਗੱਲ ਅਤੇ ਔਲੇ ਦਾ ਸਵਾਦ ਲੋਕਾਂ ਨੂੰ ਦੇਰ ਨਾਲ ਸਮਝ ਵਿੱਚ ਆਉਂਦਾ ਹੈ। ਤਾਂ ਦੋਸਤੋ ਔਲਾ ਖਾਣ ਨਾਲ ਸਾਰੀ ਸਰੀਰਕ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ। ਤਾਂ ਹੁਣ ਤਾਂ ਤੁਸੀਂ ਇਸ ਦੇ ਫਾਇਦੇ ਹੀ ਜਾਣ ਚੁੱਕੇ ਹੋ, ਤਾਂ ਆਪਦੇ ਡਾਇਟ ਦੇ ਵਿੱਚ ਔਲੇ ਨੂੰ ਸ਼ਾਮਿਲ ਕਰੋ। ਤਾਂ ਦੋਸਤੋ ਅੱਜ ਦੇ ਵੀਡੀਓ ਦੇ ਵਿੱਚ ਇੰਨਾ ਹੀ। ਜੇ ਤੁਹਾਨੂੰ ਇਹ ਟਿਪਸ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ। ਅਤੇ ਜੇਕਰ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ। ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।